ਪਹਿਲਾਂ ਇਹਨਾਂ ਦਾ ਪ੍ਰਪੋਜ਼ਲ ਮੈਸੇਜ ਇਹਨਾਂ ਦਾ ਆਇਆ ਸੀਗਾ, ਮੈਨੂੰ ਮੈਂ ਨਹੀਂ ਕੀਤਾ ਸੀ, ਇਹਨਾਂ ਦਾ ਆਇਆ ਸੀ ਪ੍ਰਪੋਜ਼ਲ ਮੈਸੇਜ। ਹਾਂਜੀ, ਇਹਨਾਂ ਨੇ ਮੈਨੂੰ ਆਈ ਲਵ ਯੂ ਭੇਜਿਆ ਸੀਗਾ ਜੀ, ਮਤਲਬ ਇੱਕ ਮੰਥ ਬਾਅਦ। ਇਹਨਾਂ ਦੇ ਆਉਣ ਨਾਲ ਜੀ ਬਹੁਤ ਸੋਹਣੀ ਜ਼ਿੰਦਗੀ ਬਣੀ ਹੈ ਜੀ ਮੇਰੀ। ਜੇ ਇਹ ਨਾ ਹੁੰਦੇ ਤਾਂ ਮੈਂ ਕਿੱਦਾਂ ਜੀ ਹੁਣ ਤੱਕ ਇੱਥੇ ਤੱਕ ਸਟਰਗਲ ਕਰਦਾ, ਜਿੰਨਾ ਟਾਈਮ ਵੀ ਸਟਰਗਲ ਕੀਤਾ ਇਕੱਠਿਆਂ ਹੀ ਕੀਤਾ ਜੀ। ਬਹੁਤ ਵਧੀਆ ਲੱਗਾ ਜੀ, ਸਟਰਗਲ ਕਰਨ ਦਾ ਮਜ਼ਾ ਵੀ ਆਇਆ ਜੀ ਸਾਨੂੰ। ਮੰਮੀ ਨੇ ਸੈਕਿੰਡ ਮੈਰਿਜ ਕੀਤੀ ਸੀਗੀ ਜੀ, ਅਤੇ ਆਪਣਾ ਉਸ ਤੋਂ ਬਾਅਦ ਜੀ ਮੰਮੀ ਦੀ ਡੈਥ ਹੋ ਗਈ ਸੀ ਕਰੋਨਾ 'ਚ ਜੀ, ਅਤੇ ਉਸ ਤੋਂ ਬਾਅਦ ਮੰਮਾ ਨੇ ਜਿਹੜੇ ਸੈਕਿੰਡ ਫਾਦਰ ਸੀਗੇ ਉਹਨਾਂ ਨੇ ਮਤਲਬ ਬਹੁਤ ਸਾਨੂੰ ਧੱਕਾ ਕੀਤਾ। ਅਤੇ ਜਦੋਂ ਦੀ ਸਾਡੀ ਕੁੜੀ ਆਈ ਹੈ ਸਾਡਾ ਘਰ ਬਾਰ ਵੀ ਬਹੁਤ ਸਹੀ ਹੋ ਗਿਆ, ਉਹਦੇ ਪੈਰ ਬਹੁਤ ਚੰਗੇ ਆ, ਸਾਡਾ ਘਰ ਬਾਰ ਕੰਮ ਕਾਰ ਵਧੀਆ, ਰੋਟੀ ਪਾਣੀ ਬਹੁਤ ਵਧੀਆ ਚੱਲੀ ਜਾਂਦੀ ਸਾਡੀ। ਮੈਂ ਡੀਜੇ ਕਰਦਾ ਹਾਂ ਜੀ, ਸਾਰਾ ਕੁਛ ਮੈਨੂੰ ਚੱਲਣਾ ਆਉਂਦਾ ਜੀ, ਠੀਕ ਆ। ਉਹ ਥੋੜ੍ਹਾ ਜਿਹਾ ਸਮਾਨ ਸੀਗਾ ਮੇਰੇ ਕੋਲ, ਉਹ ਮੇਰਾ ਕਿਸੇ ਨੇ ਦੱਬ ਲਿਆ ਸੀਗਾ, ਅਤੇ ਉਹ ਹੁਣ ਤੱਕ ਮੈਨੂੰ ਨਹੀਂ ਵਾਪਸ ਮਿਲਿਆ। ਫਿਰ ਮੈਂ ਕਿਸੇ ਬ੍ਰਦਰ ਕੋਲ ਕੰਮ ਕਰਦਾ ਹਾਂ। ਲੜਕੀ ਵਿਆਹ ਕੇ ਆਪਣੇ ਸਹੁਰਾ ਪਰਿਵਾਰ ਦੇ ਘਰ ਜਾਂਦੀ ਆ, ਬਹੁਤ ਸਾਰੇ ਚਾਅ ਹੁੰਦੇ ਆ, ਤੁਹਾਡੇ ਚਾਅ ਕਿਤੇ ਦੱਬੇ ਰਹਿ ਗਏ ਨੇ? ਹਾਂਜੀ ਹਾਂਜੀ, ਦੱਬੇ ਰਹਿ ਗਏ ਸਰ ਜੀ, ਨਾ ਮੈਨੂੰ ਸੱਸ ਦਾ ਪਿਆਰ ਮਿਲਿਆ ਨਾ ਕੁਛ। ਕੀ ਦੱਸੀਏ ਜੀ, ਹੁਣ ਸਾਨੂੰ ਤਾਂ ਇਹ ਹੁੰਦਾ ਸੀ ਵੀ ਹੁਣੀ ਮਰਜ਼ੀ ਇਹਦੇ ਵਿੱਚ ਹੀ, ਠੀਕ ਹੈ ਜੀ। ਬਾਕੀ ਸਾਨੂੰ ਬਹੁਤ ਲੋਕਾਂ ਨੇ ਤੰਗ ਕੀਤਾ ਜੀ ਕਿ ਮਕਾਨ ਇਹਨਾਂ ਦਾ ਨਹੀਂ, ਤੁਹਾਡਾ ਨਹੀਂ ਗਾ, ਕਿਸੇ ਦਾ ਵਾ। ਚਲੋ ਸਾਨੂੰ ਕੋਰਟ ਵੱਲੋਂ ਆਰਡਰ ਆਏ ਜੀ, ਅਸੀਂ ਕਹਿ ਮਤਲਬ ਖਾਲੀ ਕਰਤਾ ਸੀਗਾ ਜੀ। ਕੁੜੀਆਂ ਸਭ ਤੋਂ ਜ਼ਿਆਦਾ ਕਹਿੰਦੀਆਂ ਨੇ ਕਿ ਨਹੀਂ ਬੈਡ ਕਮੈਂਟ ਕਰਤਾ ਵਾ, ਮੈਂ ਨਹੀਂ ਰੀਲਸ ਬਣਾਉਣੀ, ਤੁਹਾਨੂੰ ਦੁੱਖ ਲੱਗਦਾ ਉਸ ਟਾਈਮ 'ਤੇ? ਦੁੱਖ ਤਾਂ ਲੱਗਦਾ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕੀ ਜੀ ਇਹੀ ਕਹਿੰਦੇ ਸੀਗੇ ਜੀ, ਮੰਮੀ ਤੇਰੀ ਨੇ ਗਲਤ ਕੀਤਾ ਜੀ, ਇਹ ਕੀਤਾ ਵੋ ਕੀਤਾ। ਅਸੀਂ ਕਿਹਾ ਚਲੋ ਕੋਈ ਨਾ ਜੀ, ਵੱਡੇ ਸੀਗੇ ਜੀ, ਕਰ ਲਿਆ ਤਾਂ ਹੁਣ ਕੀ ਕਰ ਸਕਦੇ ਆ ਜੀ। ਅਸੀਂ ਪਹਿਲੇ ਫਾਦਰ ਸਾਹਿਬ ਹੈਗੇ ਆ ਜੀ, ਮਤਲਬ ਥੋੜ੍ਹਾ ਟੱਚਿੰਗ 'ਚ ਨਹੀਂ ਹੈਗੇ, ਆਪਣੇ ਟੱਚ ਨਹੀਂ ਹੈਗੇ ਜੀ। ਬਾਕੀ ਅਸੀਂ ਮੈਂ ਆਪ ਹੀ ਕਰ ਰਿਹਾ ਜੀ ਆਪਣਾ, ਕਿਸੇ ਦੀ ਹੈਲਪ ਨਹੀਂ ਲਿੱਤੀ ਆਪਾਂ, ਨਾ ਆਪਾਂ ਕਦੀ ਲੈਣੀ ਹੈ ਜੀ, ਆਪ ਹੀ ਸਟੈਂਡ ਹੋ ਰਹੀ ਹੈ ਜੀ। ਨਹੀਂ ਨਹੀਂ ਜੀ, ਆਂਢ ਗੁਆਂਢ ਨਹੀਂ ਜੀ, ਕੋਈ ਨਹੀਂ ਕੁਛ ਕਹਿੰਦਾ ਜੀ। ਉਹ ਸਗੋਂ ਆਪ ਆ ਕਹਿੰਦੇ ਜੀ ਸਾਡੇ ਨਾਲ ਬਣਾਓ ਵੀਡੀਓ, ਸਾਡੇ ਨਾਲ ਬਣਾਓ ਵੀਡੀਓ। ਅਸੀਂ ਕਿਹਾ ਕੋਈ ਗੱਲ ਨਹੀਂ ਜੀ, ਬਣਾ ਲਿਆ ਕਰਾਂਗੇ ਜੀ, ਕੋਈ ਦਿੱਕਤ ਨਹੀਂ ਜੀ। ਕਹਿ ਦਿਓ ਮੁਸੀਬਤਾਂ ਕਹਿੰਦੇ ਨਾ ਵੀ ਇੱਕੋ ਸਾਰ ਲੱਗ ਗਈਆਂ ਪਿੱਛੇ, ਉਹ ਇੱਦਾਂ ਹੀ ਸੀਗਾ ਜੀ। 4 ਸਾਲ ਹੋ ਗਏ ਜੀ, ਮੈਂ ਕਹਿੰਦਾ ਬਹੁਤ ਕੁਛ ਸਾਨੂੰ ਬੀਤਿਆ ਜੀ। ਚਲੋ ਸਾਨੂੰ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ, ਸਾਨੂੰ ਸਾਰੇ ਫੈਮ ਦਾ ਪਿਆਰ ਮਿਲਦਾ ਜੀ, ਠੀਕ ਹੈ ਜੀ। ਸਾਨੂੰ ਰੋਕ ਕੇ ਕਹਿੰਦੇ ਆ ਜੀ ਕਿ ਭਾਅ ਜੀ ਬਹੁਤ ਵਧੀਆ ਬਣਾਉਂਦੇ ਵੀਡੀਓ ਜੀ, ਜਿੱਦਾਂ ਵੀ ਆ ਬਹੁਤ ਸੋਹਣੀ ਬਣਾਉਂਦੇ ਹੋ, ਤੁਹਾਡੀ ਘਰ ਵਾਲੀ ਵੀ ਕਹਿੰਦੇ ਬਹੁਤ ਸੋਹਣੀ ਵੀਡੀਓ ਬਣਾਉਂਦੀ ਹੈ ਜੀ। ਪਹਿਲਾਂ ਬਹੁਤ ਸੋਚਿਆ ਸੀਗਾ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਹੁਣ ਕੁਛ ਨਹੀਂ ਕਰ ਸਕਦੇ। ਹੁਣ ਸਿਰਫ ਛੋਟੀ ਜਿਹੀ ਕੁੜੀ ਹੈ ਜੀ ਮੇਰੀ, 1 ਸਾਲ ਦੀ, ਬਸ ਉਹਦੇ ਨਾਲ ਹੀ ਆਪਣਾ ਸਾਰਾ ਕੁਛ ਜੀ। ਘਰ ਦਾ ਗੁਜ਼ਾਰਾ ਹੋ ਜਾਂਦਾ ਜੀ, ਕਰ ਰਿਹਾ ਜੀ, ਔਖੇ ਸੌਖੇ ਕਰੀ ਜਾ ਰਿਹਾ ਜੀ ਇੱਦਾਂ ਵੀ ਹੈ, ਕਿਉਂਕਿ ਪਹਿਲਾਂ ਨਹੀਂ ਪਤਾ ਸੀ ਕਿੱਦਾਂ ਕੰਮ ਹੁੰਦਾ ਕਿੱਦਾਂ ਨਹੀਂ, ਪਰ ਹੁਣ ਘਰ ਹੈ ਜਿੱਦਾਂ ਜਿੱਦਾਂ ਮਤਲਬ ਪਤਾ ਲੱਗ ਰਿਹਾ ਵੀ ਦੁਨੀਆਂ 'ਚ ਕੀ ਹੋ ਰਿਹਾ, ਕਿੱਦਾਂ ਦੇ ਬੰਦੇ ਮਿਲ ਰਹੇ ਆ। ਸਰ ਕੋਈ ਗੱਲ ਨਹੀਂ, ਜੋ ਬੋਲਦਾ ਬੋਲੀ ਜਾਣ, ਸਾਨੂੰ ਕੋਈ ਮਤਲਬ, ਸਾਨੂੰ ਸਾਡੇ ਪਿਆਰ ਕਰਨ ਵਾਲੇ ਪਿਆਰ ਕਰਦੇ ਪਏ ਆ, ਜਿਨ੍ਹਾਂ ਨੂੰ ਬੋਲਣਾ ਬੋਲਣ, ਕੋਈ ਗੱਲ ਨਹੀਂ। ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਜੋੜੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ। ਉਸ ਜੋੜੇ ਦੇ ਕੋਲ ਪਹੁੰਚੇ ਆ, ਗੱਲਬਾਤ ਕਰਦੇ ਹਾਂ। ਬਾਈ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜੀ ਮੈਡਮ, ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਜੀ, ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਤੁਹਾਨੂੰ, ਰੀਲਸ ਬਣਾਉਣ ਦਾ ਕਿਹਨਾਂ ਨੂੰ ਸ਼ੌਂਕ ਸੀ? ਰੀਲਸ ਬਣਾਉਣ ਦਾ ਸਾਰਿਆਂ ਨਾਲੋਂ ਜ਼ਿਆਦਾ ਸ਼ੌਂਕ ਜੀ ਮੇਰੀ ਵਾਈਫ ਨੂੰ ਸੀਗਾ ਜੀ, ਅਤੇ ਵਾਈਫ ਕਹਿੰਦੀ ਜੀ ਵਧੀਆ ਪਿਆਰ ਮਿਲਿਆ ਜੀ, ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਕਹਿੰਦੀ ਤੁਸੀਂ ਵੀ ਟਰਾਈ ਕਰੋ, ਆਪਾਂ ਨੂੰ ਪਿਆਰ ਮਿਲੂਗਾ ਜੀ ਸਾਰਿਆਂ ਵੱਲੋਂ। ਹਾਂਜੀ ਮੈਡਮ, ਤੁਹਾਨੂੰ ਕਦੋਂ ਤੋਂ ਸ਼ੌਂਕ ਪਿਆ ਸੀ ਰੀਲਸ ਬਣਾਉਣ ਦਾ? ਸਰ ਮੈਨੂੰ ਸ਼ੁਰੂ ਤੋਂ ਸ਼ੌਂਕ ਹੈ, ਜਦੋਂ ਮੈਂ ਟਿਕਟੋਕ 'ਤੇ ਪਹਿਲਾਂ ਮੈਂ ਵੀਡੀਓ ਬਣਾਉਂਦੀ ਸੀ, ਅਤੇ ਹੁਣ ਮੈਂ ਇੰਸਟਾਗ੍ਰਾਮ 'ਤੇ ਵੀਡੀਓ ਬਣਾਉਂਦੀ ਹਾਂ ਜੀ। ਜੀ ਮੈਡਮ, ਜਿਸ ਤਰ੍ਹਾਂ ਦੀ ਦੱਸਦੇ ਵੀ ਕਿ ਟਿਕਟੋਕ 'ਤੇ ਵੀਡੀਓ ਬਣਾਉਂਦੇ ਸੀ ਪਹਿਲੇ ਤੁਸੀਂ, ਜਦੋਂ ਟਿਕਟੋਕ ਬੰਦ ਹੋਇਆ ਕਿੰਨਾ ਕੁ ਦੁੱਖ ਲੱਗਾ ਸੀ ਤੁਹਾਨੂੰ? ਸਰ ਦੁੱਖ ਤਾਂ ਬਹੁਤ ਲੱਗਿਆ ਸੀ, ਹੁਣ ਕੀ ਕਰ ਸਕਦੇ ਹਾਂ, ਹੁਣ ਚਲੋ ਇੰਸਟਾਗ੍ਰਾਮ 'ਤੇ ਆਪਾਂ ਵੀਡੀਓ ਬਣਾਉਂਦੇ ਹਾਂ ਜੀ। ਹਾਂਜੀ ਜੀ ਬਾਈ ਜੀ, ਹੁਣ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ ਤੁਹਾਡੀ? ਜ਼ਿੰਦਗੀ ਬਾਈ ਬਹੁਤ ਸੋਹਣੀ ਚੱਲ ਰਹੀ ਹੈ ਜੀ। ਹਾਂਜੀ ਰਨਿੰਗ 'ਤੇ ਹੈ ਜੀ, ਬਹੁਤ ਵਧੀਆ ਮੈਂ 'ਤੇ ਜੀ ਕੰਮ ਕਰ ਰਹੇ ਹਾਂ ਜੀ,
ਬਹੁਤ ਸੋਹਣੀ ਚੱਲ ਰਹੀ ਜ਼ਿੰਦਗੀ ਜੀ। ਥੋੜ੍ਹੀ ਪਹਿਲਾਂ ਬਹੁਤ ਸੀਗੀਆਂ ਜੀ ਮੁਸ਼ਕਲਾਂ ਆਈਆਂ ਸੀਗੀਆਂ ਸਾਡੇ 'ਤੇ। ਬਾਕੀ ਕੀ ਮੁਸ਼ਕਲਾਂ ਆਈਆਂ ਸੀ, ਤੁਸੀਂ ਕਹਿੰਦੇ ਕਿ ਹੁਣ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਹੈ, ਪਹਿਲੇ ਕੀ ਮੁਸ਼ਕਲ ਆਈਆਂ ਸੀ ਤੁਹਾਨੂੰ? ਮੁਸ਼ਕਲਾਂ ਭਾਅ ਜੀ ਇੱਦਾਂ ਅੱਜ ਤੋਂ 4 ਸਾਲ ਪਹਿਲਾਂ ਬਹੁਤ ਮਤਲਬ ਕਹਿ ਦਈਏ ਆਪਾਂ ਜੀ ਬਹੁਤ ਮਤਲਬ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਜੀ। ਇੱਦਾਂ ਮੰਮੀ ਨੇ ਸੈਕਿੰਡ ਮੈਰਿਜ ਕੀਤੀ ਸੀਗੀ ਜੀ, ਅਤੇ ਆਪਣਾ ਉਸ ਤੋਂ ਬਾਅਦ ਜੀ ਮੰਮੀ ਦੀ ਡੈਥ ਹੋ ਗਈ ਸੀ ਕਰੋਨਾ 'ਚ ਜੀ, ਅਤੇ ਉਸ ਤੋਂ ਬਾਅਦ ਮੰਮਾ ਨੇ ਜਿਹੜੇ ਸੈਕਿੰਡ ਫਾਦਰ ਸੀਗੇ ਉਹਨਾਂ ਨੇ ਮਤਲਬ ਬਹੁਤ ਸਾਨੂੰ ਧੱਕਾ ਕੀਤਾ, ਠੀਕ ਹੈ ਜੀ। ਉਹ ਮਤਲਬ ਚਲੇ ਗਏ ਸਭ ਕੁਝ ਵੇਚ ਵੱਟ ਕੇ, ਸਾਨੂੰ ਕੁਛ ਵੀ ਨਹੀਂ ਦੱਸਿਆ ਪੁੱਛਿਆ ਸਾਨੂੰ ਕੁਛ ਨਹੀਂ, ਇੱਦਾਂ ਦਾ ਕੀਤਾ ਪਰ ਜਿਹਦੇ ਨਾਲ ਅਸੀਂ ਸਟੈਂਡ ਹੋ ਸਕੇ। ਬਾਕੀ ਜਿੱਦਾਂ ਵੀ ਅਸੀਂ ਹੁਣ ਖੁਦ ਆਪ ਫੇਸ ਕਰ ਰਹੇ ਹਾਂ ਜੀ, 4 ਸਾਲ ਹੋ ਗਏ ਫੇਸ ਕਰ ਰਹੇ ਹਾਂ ਜੀ, ਸਹੀ ਹੈ ਜੀ ਹੁਣ ਸਾਰਾ ਕੁਛ। ਅਤੇ ਬਾਕੀ ਕੋਈ ਗੱਲ ਨਹੀਂ ਭਾਈ, ਜਿੱਦਾਂ ਵੀ ਆ ਠੀਕ ਸੀਗਾ ਜੀ, ਸਮਾਂ ਲੰਘ ਗਿਆ ਜੀ। ਬਾਈ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਕਿ ਘਰ ਬਾਰ ਵੀ ਵਿਕ ਗਿਆ ਤੁਹਾਡਾ, ਕਿੰਨਾ ਕੁ ਦੁੱਖ ਲੱਗਾ ਸੀ ਤੁਹਾਨੂੰ? ਕਿਉਂਕਿ ਜੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕੀਤੀ ਜਾਵੇ, ਜੇ ਆਪਾਂ ਘਰ ਬਣਾਉਣਾ ਹੋਵੇ ਕਾਫੀ ਸੰਘਰਸ਼ ਕਰਨਾ ਪੈਂਦਾ, ਲੰਬਾ ਕਮਾਈ ਕਰਨੀ ਪੈਂਦੀ ਹੈ, ਪਰ ਜਦੋਂ ਘਰ ਵਿਕਿਆ ਸੀ ਕਿੰਨਾ ਕੁ ਦੁੱਖ ਲੱਗਾ ਸੀ ਤੁਹਾਨੂੰ? ਘਰ ਵਿਕਿਆ ਸੀ ਭਾਅ ਜੀ ਬਹੁਤ ਦੁੱਖ ਲੱਗਾ ਸੀਗਾ ਜੀ, ਕੀ ਦੱਸੀਏ ਜੀ ਹੁਣ, ਸਾਨੂੰ ਤਾਂ ਇਹ ਹੁੰਦਾ ਸੀ ਵੀ ਹੁਣੀ ਮਰਜ਼ੀ ਇਹਦੇ ਵਿੱਚ ਹੀ, ਠੀਕ ਹੈ ਜੀ। ਬਾਕੀ ਸਾਨੂੰ ਬਹੁਤ ਲੋਕਾਂ ਨੇ ਤੰਗ ਕੀਤਾ ਜੀ ਕਿ ਮਕਾਨ ਇਹਨਾਂ ਦਾ ਨਹੀਂ, ਤੁਹਾਡਾ ਨਹੀਂ ਗਾ, ਕਿਸੇ ਦਾ ਵਾ। ਚਲੋ ਸਾਨੂੰ ਕੋਰਟ ਵੱਲੋਂ ਆਰਡਰ ਆਏ ਜੀ, ਅਸੀਂ ਕਹਿ ਮਤਲਬ ਖਾਲੀ ਕਰਤਾ ਸੀਗਾ ਜੀ। ਫਿਰ ਉਸ ਤੋਂ ਬਾਅਦ ਵਿਆਹ ਬੁੱਕ, ਮੈਂ ਵਿਆਹ ਕਰਾਇਆ ਜੀ, 1 ਮੰਥ ਪਹਿਲਾਂ ਹੀ ਸਾਡਾ ਵਿਆਹ ਹੋਇਆ ਸੀਗਾ। ਤੁਹਾਨੂੰ ਪਤਾ ਮੈਂ ਕਿੱਥੇ ਲੈ ਕੇ ਰਹਿੰਦਾ, ਅਗਰੀ ਸੀਗੀ ਜੀ ਮੇਰੀ ਫੈਮਿਲੀ ਮੈਂਬਰ ਸਾਰੇ, ਅਤੇ ਬਸ ਉਸ ਤੋਂ ਬਾਅਦ ਜੀ ਫਿਰ ਕਿਰਾਏ 'ਤੇ ਆ ਜੀ ਅਸੀਂ ਫੇਸ ਕਰ ਰਹੇ ਹਾਂ ਜੀ ਹੁਣ, 4 ਸਾਲ ਹੋ ਗਏ ਜੀ ਸਾਨੂੰ। ਹਾਂਜੀ ਬਾਈ ਜੀ, ਲੋਕ ਕੀ ਕਹਿੰਦੇ ਸੀਗੇ ਤੁਹਾਨੂੰ ਜਿਸ ਤਰ੍ਹਾਂ ਦੇ ਦਾਦੇ ਪਿਓ ਤੁਹਾਡੀ ਮਦਰ ਨੇ ਦੂਸਰੀ ਸੈਕਿੰਡ ਮੈਰਿਜ ਕਰਵਾ ਲਈ ਸੀ, ਲੋਕਾਂ ਪ੍ਰਤੀ ਤੁਹਾਨੂੰ ਕੀ ਕਹਿੰਦੇ ਸੀ? ਲੋਕ ਕਿਤੇ ਤੁਹਾਨੂੰ ਟਾਂਚਾ ਤਾਂ ਨਹੀਂ ਕਰਦੇ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਸਮਾਜ ਦੇ ਤਾਨੇ ਮਿਹਣੇ ਸੁਣਨ ਨੂੰ ਤਾਂ ਨਹੀਂ ਮਿਲਦੇ? ਬਥੇਰੇ ਮਿਲਦੇ ਆ ਜੀ, ਬਥੇਰੇ ਮਿਲਦੇ ਆ ਜੀ, ਪਰ ਕੋਈ ਗੱਲ ਨਹੀਂ, ਫੇਸ ਕੀਤਾ ਹੈ ਜੀ, ਕੋਈ ਗੱਲ ਨਹੀਂ ਸਰ। ਤੁਹਾਨੂੰ ਪਤਾ ਜਿੰਨੇ ਮੂੰਹ ਆ ਜੀ ਉਨੀਆਂ ਗੱਲਾਂ ਆ, ਕੋਈ ਗੱਲ ਨਹੀਂ ਜੀ, ਜਿੱਦਾਂ ਵੀ ਹੋ ਗਿਆ ਠੀਕ ਸੀਗਾ ਜੀ। ਕੀ ਕੀ ਕਹਿੰਦੇ ਸੀ ਤੁਹਾਨੂੰ ਲੋਕ ਉਸ ਟਾਈਮ? ਕਹਿਣਾ ਕੀ ਜੀ, ਇਹੀ ਕਹਿੰਦੇ ਸੀਗੇ ਜੀ, ਮੰਮੀ ਤੇਰੀ ਨੇ ਗਲਤ ਕੀਤਾ ਜੀ, ਇਹ ਕੀਤਾ ਵੋ ਕੀਤਾ। ਅਸੀਂ ਕਿਹਾ ਚਲੋ ਕੋਈ ਨਾ ਜੀ, ਵੱਡੇ ਸੀਗੇ ਜੀ, ਕਰ ਲਿਆ ਤਾਂ ਹੁਣ ਕੀ ਕਰ ਸਕਦੇ ਆ ਜੀ ਅਸੀਂ, ਠੀਕ ਹੈ ਜੀ। ਜਿੱਦਾਂ ਉਹਨਾਂ ਦਾ ਰੱਬ ਦਾ ਹੁਕਮ ਆਇਆ ਸਾਨੂੰ ਅਸੀਂ ਕੋਈ ਗੱਲ ਨਹੀਂ ਜੀ। ਪਹਿਲੇ ਫਾਦਰ ਸਾਹਿਬ ਤੁਹਾਡੇ ਬਾਈ ਜੀ? ਪਹਿਲੇ ਫਾਦਰ ਸਾਹਿਬ ਹੈਗੇ ਆ ਜੀ, ਮਤਲਬ ਥੋੜ੍ਹਾ ਟੱਚਿੰਗ 'ਚ ਨਹੀਂ ਹੈਗੇ ਆਪਣੇ, ਟੱਚ 'ਚ ਨਹੀਂ ਹੈਗੇ ਜੀ। ਬਾਕੀ ਅਸੀਂ ਮੈਂ ਆਪ ਹੀ ਕਰ ਰਿਹਾ ਜੀ ਆਪਣਾ, ਕਿਸੇ ਦੀ ਹੈਲਪ ਨਹੀਂ ਲਿੱਤੀ ਆਪਾਂ, ਨਾ ਆਪਾਂ ਕਦੀ ਲੈਣੀ ਹੈ ਜੀ, ਆਪ ਹੀ ਸਟੈਂਡ ਹੋ ਰਹੇ ਹਾਂ ਜੀ। ਹਾਂਜੀ ਮੈਡਮ, ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਮਹੀਨਾ ਹੀ ਹੋਇਆ ਸੀ ਵਿਆਹ ਹੋਏ ਨੂੰ, ਘਰ ਬਾਰ ਵਿਕ ਗਿਆ ਸੀਗਾ, ਤੁਹਾਨੂੰ ਕਿੰਨਾ ਕੁ ਦੁੱਖ ਲੱਗਾ ਸੀ ਉਸ ਟਾਈਮ? ਕਿਉਂਕਿ ਹਜੇ ਨਵੇਂ ਨਵੇਂ ਤੁਸੀਂ ਵਿਆਹ ਕੇ ਆਏ ਸੀਗੇ ਘਰ ਦੇ ਵਿੱਚ। ਸਰ ਮੈਨੂੰ ਬਹੁਤ ਦੁੱਖ ਲੱਗਿਆ ਸੀ, ਪਰ ਕੀ ਕਰ ਸਕਦੇ ਹਾਂ ਜੀ। ਸਰ ਉਦੋਂ ਫਿਰ ਮੇਰੇ ਵਿਆਹ ਨੂੰ 1 ਮੰਥ ਹੀ ਹੋਇਆ ਸੀ, ਉਹਨਾਂ ਨੇ ਸਾਡਾ ਘਰ ਵਿਕ ਗਿਆ, ਅਤੇ ਦੁੱਖ ਤਾਂ ਬਹੁਤ ਹੋਇਆ ਸੀ, ਪਰ ਕੀ ਕਰੀਏ। ਮੈਡਮ ਜੀ ਗੱਲ ਕੀਤੀ ਜਾਵੇ, ਜਦੋਂ ਲੜਕੀ ਵਿਆਹ ਕੇ ਆਪਣੇ ਸਹੁਰਾ ਪਰਿਵਾਰ ਦੇ ਘਰ ਜਾਂਦੀ ਆ, ਬਹੁਤ ਸਾਰੇ ਚਾਅ ਹੁੰਦੇ ਆ, ਤੁਹਾਡੇ ਚਾਅ ਉਹ ਕਿਤੇ ਦੱਬੇ ਰਹਿ ਗਏ ਨੇ? ਹਾਂਜੀ ਹਾਂਜੀ ਦੱਬੇ ਰਹਿ ਗਏ ਸਰ ਜੀ, ਨਾ ਮੈਨੂੰ ਸੱਸ ਦਾ ਪਿਆਰ ਮਿਲਿਆ ਨਾ ਕੁਛ ਜੀ। ਹਾਂਜੀ ਬਾਈ ਜੀ, ਜਿਸ ਤਰ੍ਹਾਂ ਤੁਹਾਡੀ ਵਾਈਫ ਦੱਸ ਰਹੀ ਹੈ ਕਿ ਨਾ ਮੈਨੂੰ ਸੱਸ ਦਾ ਪਿਆਰ ਮਿਲਿਆ ਨਾ ਸਹੁਰੇ ਦਾ ਪਿਆਰ ਮਿਲਿਆ, ਭਾਅ ਜੀ ਤੁਹਾਨੂੰ ਪਤਾ ਹੀ ਆ ਜੀ, ਹੁਣ ਤੁਹਾਨੂੰ ਦੱਸਿਆ ਭਾਅ ਜੀ ਕਿ ਬਹੁਤ ਫੇਸ ਕੀਤਾ ਹੈ ਜੀ, 4 ਸਾਲ ਫੇਸ ਕੀਤਾ ਜੀ। ਵਾਈਫ ਸੀਗੀ ਜੀ, ਵਿਆਹ ਕੀਤਾ, ਅਗਲੀ ਕਹਿੰਦੀ ਵੀ ਚਲੋ ਜਿੱਦਾਂ ਵੀ ਆ ਕਮਲ ਤੁਹਾਡੇ ਨਾਲ ਹੀ ਆ, ਠੀਕ ਹੈ ਜੀ, ਜਿੱਦਾਂ ਵੀ ਰਹਾਂਗੀ ਤੁਹਾਡੇ ਨਾਲ, ਭਾਵੇਂ ਰੁੱਖੀ ਖਾਵਾਂ ਮਿੱਸੀ ਖਾਵਾਂ ਜਿੱਦਾਂ ਵੀ ਖਾਵਾਂ ਜੀ, ਵੀ ਤੁਹਾਡੇ ਨਾਲ ਹੀ ਹੈ ਜੀ। 4 ਸਾਲ ਹੋ ਗਏ ਅੱਜ, ਮੈਂ ਖੁਦ ਜੀ ਮਤਲਬ ਬਹੁਤ ਖੁਸ਼ਰਗੁਜ਼ਾਰ ਹਾਂ ਜੀ, ਇੱਦਾਂ ਦੀ ਮੈਨੂੰ ਵਾਈਫ ਮਿਲੀ ਕਿ ਵੀ ਮੈਨੂੰ ਸਮਝ ਰਹੀ ਹੈ ਇਸ ਗੱਲ ਨੂੰ, ਸਿਚੁਏਸ਼ਨ ਨੂੰ। 4 ਸਾਲ ਹੋ ਗਏ ਜੀ ਇਸ ਗੱਲ ਨੂੰ, ਮੈਂ ਮੈਨੂੰ ਫੇਸ ਕਰ ਰਹੀ ਹੈ ਜੀ ਇਹ। ਬਾਈ ਜੀ ਕੰਮ ਕਾਰ ਕੀ ਹੈ ਤੁਹਾਡਾ? ਕੰਮ ਕਾਰ ਭਾਅ ਜੀ, ਠੀਕ ਹੈ ਜੀ, ਮੈਂ DJ ਕਰਦਾ ਹਾਂ ਜੀ, ਸਾਰਾ ਕੁਛ ਮੈਨੂੰ ਚਲਾਉਂਦਾ ਜੀ, ਠੀਕ ਆ। ਉਹ ਥੋੜ੍ਹਾ ਜਿਹਾ ਸਮਾਨ ਸੀਗਾ ਮੇਰੇ ਕੋਲ,
ਉਹ ਮੇਰਾ ਕਿਸੇ ਨੇ ਦੱਬ ਲਿਆ ਸੀਗਾ ਅਤੇ ਉਹ ਹੁਣ ਤੱਕ ਮੈਨੂੰ ਨਹੀਂ ਵਾਪਸ ਮਿਲਿਆ। ਫਿਰ ਮੈਂ ਕਿਸੇ ਬ੍ਰਦਰ ਕੋਲ ਕੰਮ ਕਰਦਾ ਵਾਂ। ਹਾਂਜੀ ਬਾਈ ਜੀ, ਜਿਸ ਤਰ੍ਹਾਂ ਦੀ ਦਾਦੇ ਪਿਓ ਘਰ ਵਿਕ ਗਿਆ, ਉਸ ਤੋਂ ਬਾਅਦ DJ ਦਾ ਸਮਾਨ ਵੀ ਜਿਹੜਾ ਕਿਸੇ ਨੇ ਦੱਬ ਲਿਆ, ਫਿਰ ਉਸ ਟਾਈਮ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਤੁਸੀਂ? ਬਸ ਭਾਅ ਜੀ ਸੰਭਾਲ ਲਿਆ ਜੀ, ਜਿੱਦਾਂ ਕਹਿੰਦੇ ਨਾ ਵੀ ਕਹਿ ਦਿਓ ਮੁਸੀਬਤਾਂ, ਕਹਿੰਦੇ ਨਾ ਵੀ ਇੱਕੋ ਸਾਰ ਲੱਗ ਗਈਆਂ ਪਿੱਛੇ, ਪਰ ਇੱਦਾਂ ਹੀ ਸੀਗਾ ਜੀ। 4 ਸਾਲ ਹੋ ਗਏ ਜੀ, ਮੈਂ ਕਹਿੰਦਾ ਬਹੁਤ ਕੁਛ ਸਾਨੂੰ ਬੀਤਿਆ ਜੀ, ਪਰ ਹੁਣ ਮੈਂ ਸਹੀ ਹਾਂ ਜੀ, ਥੋੜ੍ਹਾ ਆਪਣਾ ਕੰਮ ਕਰ ਰਿਹਾ ਜੀ, ਠੀਕ ਆ, ਜਿੱਦਾਂ ਵੀ ਇਹ ਠੀਕ ਆ ਜੀ, ਕੋਈ ਗੱਲ ਨਹੀਂ। ਹੁਣ ਭਾਅ ਜੀ ਘਰ ਆਪਣਾ ਜਾਂ ਕਿਰਾਏ 'ਤੇ ਰਹਿ ਰਹੇ ਹੋ ਤੁਸੀਂ? ਨਹੀਂ ਭਾਅ ਜੀ ਕਿਰਾਏ 'ਤੇ ਆ ਜੀ ਫਿਲਹਾਲ। ਹਾਂਜੀ ਆਪਣਾ ਤੁਹਾਨੂੰ ਪਤਾ ਕਿੱਥੇ ਜੀ, ਗਰੀਬਾਂ ਦੇ ਹੈਗਾ ਜੀ, ਠੀਕ ਹੈ ਜੀ। ਚਲੋ ਪਹਿਲਾਂ ਬਹੁਤ ਸੋਚਿਆ ਸੀਗਾ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਹੁਣ ਕੁਛ ਨਹੀਂ ਕਰ ਸਕਦੇ, ਹੁਣ ਸਿਰਫ ਛੋਟੀ ਜਿਹੀ ਕੁੜੀ ਹੈ ਜੀ ਮੇਰੀ 1 ਸਾਲ ਦੀ, ਬਸ ਉਹਦੇ ਨਾਲ ਹੀ ਆਪਣਾ ਸਾਰਾ ਕੁਛ ਜੀ, ਆਪਣੀ ਦੁਨੀਆ ਵੀ ਉਹਦੇ, ਆਪਣੀ ਜਾਨ ਵੀ ਉਹ ਜੀ। ਬਾਈ ਜੀ ਘਰ ਦਾ ਗੁਜ਼ਾਰਾ ਹੋ ਜਾਂਦਾ ਹੈ? ਘਰ ਦਾ ਗੁਜ਼ਾਰਾ ਹੋ ਜਾਂਦਾ ਜੀ, ਕਰ ਰਿਹਾ ਜੀ, ਔਖੇ ਸੌਖੇ ਕਰੀ ਜਾ ਰਿਹਾ ਜੀ, ਇੱਦਾਂ ਵੀ ਹੈ ਕਿਉਂਕਿ ਪਹਿਲਾਂ ਨਹੀਂ ਪਤਾ ਸੀ ਕਿੱਦਾਂ ਕੰਮ ਹੁੰਦਾ ਕਿੱਦਾਂ ਨਹੀਂ, ਪਰ ਹੁਣ ਕਰ ਰਿਹਾ ਜਿੱਦਾਂ ਜਿੱਦਾਂ ਮਤਲਬ ਪਤਾ ਲੱਗ ਰਿਹਾ ਵੀ ਦੁਨੀਆ 'ਚ ਕੀ ਹੋ ਰਿਹਾ, ਕਿੱਦਾਂ ਦੇ ਬੰਦੇ ਮਿਲ ਰਹੇ ਆ, ਕਰ ਰਿਹਾ ਜੀ। ਬਾਈ ਜੀ ਲਵ ਮੈਰਿਜ ਜਾਂ ਅਰੇਂਜ ਮੈਰਿਜ? ਮੇਰੀ ਲਵ ਮੈਰਿਜ ਹੈ ਜੀ। ਹਾਂਜੀ ਕਿਵੇਂ ਮਿਲੇ ਸੀ ਇੱਕ ਦੂਸਰੇ ਨੂੰ ਤੁਸੀਂ? ਫਿਰ ਮੈਂ ਜੀ ਐਕਚੁਲੀ ਲੋਕਡਾਊਨ 'ਚ ਮਿਲਿਆ ਸੀਗਾ ਜੀ ਇਹਨਾਂ ਨੂੰ, ਉਹ ਵੀ ਮਤਲਬ ਇੰਸਟਾਗ੍ਰਾਮ 'ਤੇ ਸਾਡੇ ਨਾਲ ਗੱਲ ਹੋਈ ਸੀਗੀ ਅਤੇ ਬਸ ਉਸ ਤੋਂ ਬਾਅਦ ਜੀ ਫਿਰ ਆਪਣੀ ਕਹਾਣੀ ਜੀ। ਰਿਕੁਐਸਟ ਕਿਹਨਾਂ ਨੇ ਭੇਜੀ ਸੀਗੀ? ਰਿਕੁਐਸਟ ਤਾਂ ਜੀ ਮੈਂ ਹੀ ਭੇਜੀ ਸੀ ਇਹਨਾਂ ਨੂੰ ਜੀ। ਹਾਂਜੀ ਰਿਕੁਐਸਟ ਮੈਂ ਹੀ ਭੇਜੀ ਸੀਗੀ ਜੀ। ਚਲੋ ਸਾਡੀ ਫਿਰ ਉਸ ਤੋਂ ਬਾਅਦ ਥੋੜ੍ਹੀ ਬਹੁਤੀ ਗੱਲ ਹੋਣੀ ਸ਼ੁਰੂ ਹੋਈ ਸੀਗੀ ਜੀ। ਹਾਂਜੀ ਗੱਲ ਮੈਮ ਇੱਦਾਂ ਹੀ ਵਧੀ ਜੀ, ਬਸ ਤੁਹਾਨੂੰ ਪਤਾ ਜਦੋਂ ਗੱਲ ਕਰਨੀ ਸ਼ੁਰੂ ਹੋ ਜਾਵੇ ਜੀ, ਅਸੀਂ ਕਰ ਰਹੇ ਸੀਗੇ ਉੱਧਰੋਂ, ਇਹ ਵੀ ਕਹਿੰਦੀ ਵੀ ਚਲੋ ਪਹਿਲਾਂ ਇਹਨਾਂ ਦਾ ਪ੍ਰਪੋਜ਼ਲ ਮੈਸੇਜ ਇਹਨਾਂ ਦਾ ਆਇਆ ਸੀਗਾ, ਮੈਂ ਨਹੀਂ ਕੀਤਾ ਸੀ, ਇਹਨਾਂ ਦਾ ਆਇਆ ਸੀ ਪ੍ਰਪੋਜ਼ਲ ਮੈਸੇਜ। ਹਾਂਜੀ ਇਹਨਾਂ ਨੇ ਮੈਨੂੰ ਆਈ ਲਵ ਯੂ ਭੇਜਿਆ ਸੀਗਾ ਜੀ, ਮਤਲਬ 1 ਮੰਥ ਬਾਅਦ। ਬਾਈ ਜੀ ਜਿਸ ਤਰ੍ਹਾਂ ਦੇ ਦਾਦੇ ਵੇ ਕਿ ਘਰ ਵੀ ਵਿਕ ਗਿਆ, DJ ਦਾ ਸਮਾਨ ਸੀ, ਸਾਰਾ ਕੁਛ ਖੁਰਦ ਬੁਰਦ ਹੋ ਗਿਆ ਤੁਹਾਡਾ, ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ? ਨਹੀਂ ਜੀ ਕੋਈ ਸ਼ਿਕਵਾ ਨਹੀਂ ਜੀ, ਠੀਕ ਹੈ ਜੀ, ਜਿੱਦਾਂ ਵੀ ਆ ਬਹੁਤ ਸੋਹਣੀ ਹੈ ਜੀ। ਹਾਂਜੀ ਮੈਡਮ ਦੇ ਨਾਲ ਆਉਣ ਦੇ ਵਿੱਚ ਜ਼ਿੰਦਗੀ ਤੁਹਾਡੀ ਕਿਵੇਂ ਬਦਲੀ? ਫਿਰ ਇਹਨਾਂ ਦੇ ਆਉਣ ਨਾਲ ਜੀ ਬਹੁਤ ਸੋਹਣੀ ਜ਼ਿੰਦਗੀ ਬਣੀ ਹੈ ਜੀ ਮੇਰੀ, ਜੇ ਇਹ ਨਾ ਹੁੰਦੇ ਤਾਂ ਮੈਂ ਕਿੱਦਾਂ ਜੀ ਹੁਣ ਤੱਕ ਇੱਥੇ ਤੱਕ ਸਟਰਗਲ ਕਰਦਾ, ਜਿੰਨਾ ਟਾਈਮ ਵੀ ਸਟਰਗਲ ਕੀਤਾ ਇਕੱਠਿਆਂ ਨਹੀਂ ਕੀਤਾ ਜੀ, ਬਹੁਤ ਵਧੀਆ ਲੱਗਾ ਜੀ, ਸਟਰਗਲ ਕਰਨ ਦਾ ਮਜ਼ਾ ਵੀ ਆਇਆ ਜੀ ਸਾਨੂੰ ਕਿ ਵੀ ਜ਼ਿੰਦਗੀ 'ਚ ਇਹ ਕੰਮ ਹੁੰਦਾ ਆ। ਹਾਂਜੀ ਬਾਈ ਜੀ ਜੇ ਸੋਸ਼ਲ ਮੀਡੀਆ 'ਤੇ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ, ਜਦੋਂ ਬੈਡ ਕਮੈਂਟ ਆਉਂਦੇ ਨੇ ਕੀ ਫਿਰ ਉਸ ਟਾਈਮ ਮਨ ਦੇ ਉੱਪਰ ਬੀਤਦੀ ਤੁਹਾਡੇ? ਮਨ ਦੇ ਵੀ ਕੁਛ ਵੀ ਨਹੀਂ ਹੁੰਦਾ ਜੀ, ਸਾਨੂੰ ਕੋਈ ਦਿੱਕਤ ਨਹੀਂ, ਜੋ ਕਹਿੰਦਾ ਕਰੀ ਜਾਵੇ ਜੀ, ਠੀਕ ਹੈ ਜੀ। ਬਥੇਰਿਆਂ ਨੇ ਗਲਤ ਕਹਿਣਾ ਜੀ, ਬਥੇਰਿਆਂ ਨੇ ਸਹੀ ਕਹਿਣਾ ਵਾ, ਕੋਈ ਗੱਲ ਨਹੀਂ, ਜੋ ਜਿੱਦਾਂ ਕਹਿੰਦਾ ਜੀ ਕੋਈ ਗੱਲ ਨਹੀਂ ਜੀ। ਹਾਂਜੀ ਸਾਨੂੰ ਸਹੀ ਹੈ ਜੀ ਸਭ ਕੁਛ। ਮੈਡਮ ਜਦੋਂ ਤੁਸੀਂ ਬੈਡ ਕਮੈਂਟ ਦੇਖਦੇ ਹੋ, ਕਿਉਂਕਿ ਕੁੜੀਆਂ ਸਭ ਤੋਂ ਜ਼ਿਆਦਾ ਕਹਿੰਦੀਆਂ ਨੇ ਕਿ ਨਹੀਂ ਬੈਡ ਕਮੈਂਟ ਕਰਤਾ ਵਾ, ਮੈਂ ਨਹੀਂ ਰੀਲਸ ਬਣਾਉਣੀ, ਤੁਹਾਨੂੰ ਦੁੱਖ ਲੱਗਦਾ ਉਸ ਟਾਈਮ 'ਤੇ? ਦੁੱਖ ਤਾਂ ਲੱਗਦਾ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਈ ਚੰਗਾ ਵੀ ਬੋਲਦੇ, ਕਈ ਆਪਾਂ ਨੂੰ ਮਾੜਾ ਵੀ ਬੋਲਦੇ ਆ, ਚਲੋ ਉਹਨਾਂ ਦੀ ਉਹ ਆ ਮਤਲਬ ਸੋਚ ਆ ਜੀ। ਬਾਈ ਜੀ ਆਂਢ ਗੁਆਂਢ ਤਾਂ ਨਹੀਂ ਕਹਿੰਦਾ ਕਿ ਜਨਾਨੀ ਨੂੰ ਰੀਲਾਂ ਬਣਾਉਣ 'ਤੇ ਲਾ ਦਿੱਤਾ? ਨਹੀਂ ਨਹੀਂ ਜੀ ਆਂਢ ਗੁਆਂਢ ਨਹੀਂ ਜੀ, ਕੋਈ ਨਹੀਂ ਕੁਛ ਕਹਿੰਦਾ ਜੀ, ਉਹ ਸਗੋਂ ਆਪ ਆ ਕਹਿੰਦੇ ਜੀ ਸਾਡੇ ਨਾਲ ਬਣਾਓ ਵੀਡੀਓ, ਸਾਡੇ ਨਾਲ ਬਣਾਓ ਵੀਡੀਓ, ਅਸੀਂ ਕਿਹਾ ਕੋਈ ਗੱਲ ਨਹੀਂ ਜੀ ਬਣਾ ਲਿਆ ਕਰਾਂਗੇ ਜੀ, ਕੋਈ ਦਿੱਕਤ ਨਹੀਂ ਜੀ, ਬਹੁਤ ਵਧੀਆ ਜੀ। ਹਾਂਜੀ ਮੈਡਮ ਜਦੋਂ ਤੁਹਾਡੇ ਫੈਨਸ ਮਿਲਦੇ ਨੇ ਕੀ ਕਹਿੰਦੇ ਨੇ ਤੁਹਾਨੂੰ, ਖੁਸ਼ੀ ਹੁੰਦੀ ਉਸ ਟਾਈਮ? ਹਾਂਜੀ ਬਹੁਤ ਹੁੰਦੀ ਹੈ ਖੁਸ਼ੀ। ਕੀ ਕਹਿੰਦੇ ਨੇ ਤੁਹਾਡੇ ਫੈਨਸ ਤੁਹਾਨੂੰ? ਫੈਨਸ ਇਹੀ ਕਹਿੰਦੇ ਆ ਜੀ, ਸਾਨੂੰ ਵੀ ਵਧੀਆ ਲੱਗਦਾ ਜੀ ਅਗਰ ਉਹ ਮਿਲਦੇ ਆ ਜੀ, ਚਲੋ ਸਾਨੂੰ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ, ਸਾਨੂੰ ਸਾਰੇ ਫੈਮ ਦਾ ਪਿਆਰ ਮਿਲਦਾ ਜੀ, ਠੀਕ ਹੈ ਜੀ। ਸਾਨੂੰ ਰੋਕ ਕੇ ਕਹਿੰਦੇ ਆ ਜੀ ਕਿ ਭਾਅ ਜੀ ਬਹੁਤ ਵਧੀਆ ਬਣਾਉਂਦੇ ਵੀਡੀਓ ਜੀ, ਜਿੱਦਾਂ ਵੀ ਆ ਬਹੁਤ ਸੋਹਣੀ ਬਣਾਉਂਦੇ ਹੋ, ਤੁਹਾਡੀ ਘਰ ਵਾਲੀ ਵੀ ਕਹਿੰਦੇ ਬਹੁਤ ਸੋਹਣੀ ਵੀਡੀਓ ਬਣਾਉਂਦੀ ਹੈ ਜੀ। ਹਾਂਜੀ ਇਹੀ ਕਹਿੰਦੇ ਜੀ। ਬਾਈ ਜੀ ਜਿਸ ਤਰ੍ਹਾਂ ਦੇ ਦਾਦੇ ਵੇ ਕਿ ਤੁਹਾਡੇ ਇੱਕ ਬੇਟੀ ਹੈ, ਬੇਟੀ ਆਉਣ ਦੇ ਨਾਲ ਕਿੰਨੇ ਕੁ ਬਦਲਾਵ ਆਇਆ ਤੁਹਾਡੇ ਵਿੱਚ, ਕੀ ਕੀ ਚੇਂਜਿਸ ਆਏ ਨੇ ਤੁਹਾਡੇ? ਬਦਲਾਵ ਬਹੁਤ ਆਏ ਹੈ ਜੀ,
ਸਾਰੇ ਜੀ ਤੁਹਾਨੂੰ ਪਤਾ ਆਪਾਂ ਨੂੰ ਆਪਣੀ ਇਹ ਸੋਚ ਨਹੀਂ ਹੈਗੀ ਜੀ, ਧੀ ਆ ਮੁੰਡਾ ਆ ਜਿੱਦਾਂ ਵੀ ਜੀ ਸਾਡਾ ਆ, ਠੀਕ ਹੈ ਜੀ। ਕੁੜੀ ਆਈ ਆ, ਬਹੁਤ ਖੁਸ਼ੀ ਹੋਈ ਸੀਗੀ ਜੀ, ਪਹਿਲੀ ਵਾਰ ਖਜ ਪਾਣੀ ਆ ਗਿਆ ਸੀ ਜਦੋਂ ਸਾਡੀ ਧੀ ਮੇਰੇ ਕੋਲ ਆਈ ਸੀਗੀ ਜੀ। ਅਤੇ ਹਾਂਜੀ, ਅਤੇ ਬਹੁਤ ਬਦਲਾਅ ਹੋਈ ਸਾਡੀ ਜ਼ਿੰਦਗੀ 'ਚ। ਅਤੇ ਜਦੋਂ ਦੀ ਸਾਡੀ ਕੁੜੀ ਆਈ ਹੈ ਸਾਡਾ ਘਰ ਬਾਰ ਵੀ ਬਹੁਤ ਸਹੀ ਹੋ ਗਿਆ, ਉਹਦੇ ਪੈਰ ਬਹੁਤ ਚੰਗੇ ਆ, ਸਾਡਾ ਘਰ ਬਾਰ ਕੰਮ ਕਾਰ ਵਧੀਆ, ਰੋਟੀ ਪਾਣੀ ਬਹੁਤ ਵਧੀਆ ਚੱਲੀ ਜਾਂਦੀ ਸਾਡੀ। ਬਸ ਬਾਈ ਜੀ, ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਬੈਠ ਕਮੈਂਟ ਕਰਦੇ ਨੇ? ਮੈਸੇਜ ਇਹੀ ਹੈ ਜੀ ਸਾਰਿਆਂ ਨੂੰ, ਕੋਈ ਗੱਲ ਨਹੀਂ ਵੀਰੇ, ਜੋ ਕਰਨਾ ਕਰੋ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ, ਠੀਕ ਹੈ ਜੀ। ਤੁਹਾਨੂੰ ਪਤਾ ਹਰੇਕ ਦਾ ਜਿੰਨੇ ਮੂੰਹ ਉਨੀਆਂ ਗੱਲਾਂ ਆ ਜੀ, ਕੋਈ ਗੱਲ ਨਹੀਂ, ਸਾਨੂੰ ਸਭ ਕੁਝ ਠੀਕ ਹੈ ਜੀ। ਕੋਈ ਚੰਗਾ ਵੀ ਬੋਲੂ, ਕੋਈ ਮਾੜਾ ਵੀ ਬੋਲੂਗਾ, ਇਹ ਤਾਂ ਹੈ ਨਹੀਂ ਗਾ ਜੀ, ਆਪਣਾ ਰੀਲਾਂ ਬਣਾਉਣੀਆਂ ਛੱਡ ਦੇਣੀਆਂ ਕਿਸੇ ਪਿੱਛੇ ਲੱਗ ਕੇ, ਠੀਕ ਹੈ ਜੀ। ਕੋਈ ਗੱਲ ਨਹੀਂ ਜੀ, ਫੇਸ ਕਰਾਂਗੇ ਸਭ ਕੁਝ ਜੀ। ਮੈਡਮ, ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜੇ ਬੈਡ ਕਮੈਂਟ ਕਰਦੇ ਨੇ ਤੁਹਾਨੂੰ? ਸਰ ਕੋਈ ਗੱਲ ਨਹੀਂ, ਜੋ ਬੋਲਦਾ ਬੋਲੀ ਜਾਣ, ਸਾਨੂੰ ਕੋਈ ਮਤਲਬ, ਸਾਨੂੰ ਸਾਡੇ ਪਿਆਰ ਕਰਨ ਵਾਲੇ ਪਿਆਰ ਕਰਦੇ ਪਏ ਆ, ਜਿਨ੍ਹਾਂ ਨੂੰ ਬੋਲਣਾ ਬੋਲਣ, ਕੋਈ ਗੱਲ ਨਹੀਂ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ। ਥੈਂਕ ਯੂ ਜੀ। ਓਕੇ, ਥੈਂਕ ਯੂ ਸਰ। ਸੋ ਤੁਹਾਡੀ ਇਸ ਜੋੜੇ ਦੇ ਨਾਲ ਗੱਲਬਾਤ ਕਰਵਾਈ, ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ, ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ। ਜੁੜੇ ਰਹੋ ਆਵਾਮ ਮੀਡੀਆ ਦੇ ਨਾਲ।